ਆਗੂਆਂ ਤੇ ਚੋਰੀ ਦੀ ਵਾਰਦਾਤਾਂ ਨੇ ਜਿੱਥੇ ਆਮ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖਿਆ ਉੱਥੇ ਪੁਲਿਸ ਦੀ ਨਾਕੇ ਦੇ ਵਿੱਚ ਵੀ ਦਮ ਜਿਹੜਾ ਕੀਤਾ ਹੋਇਆ ਲਗਾਤਾਰ ਲੁੱਟਾ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਫਿਰੋਜ਼ਪੁਰ ਵਿੱਚ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਪਿੱਛੇ 2 ਦਿਨ ਪਹਿਲਾਂ ਇੱਕ ਦੁਕਾਨ ਦਾ ਜਿਹੜਾ ਸ਼ਟਰ ਤੋੜ ਕੇ ਮੋਬਾਈਲ ਚੋਰੀ ਕਰਨ ਦੇ ਮਾਮਲੇ ਵਿੱਚ ਅਜੇ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਜ਼ਰੂਰ ਹਾਸਲ ਹੋਈ ਆ ਵੀ ਜੇ ਇੱਥੇ 15 ਮੋਬਾਈਲ ਜਿਹੜੇ ਬਰਾਮਦ ਕੀਤੇ ਗਏ ਨੇ ਉੱਥੇ ਦੇਸੀ ਕੱਟਾ ਵੀ ਬਰਾਮਦ ਕੀਤਾ ਗਿਆ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਅਤੇ ਇਹਦੇ ਨਾਲ ਇੱਕ ਮੋਟਰਸਾਈਕਲ ਨੂੰ ਵੀ ਫੜਨ ਵਿੱਚ ਕਾਮਯਾਬੀ ਕੀਤੀ ਹੈ ਅਤੇ 2 ਜਿਹੜੇ ਆਰੋਪੀ ਵੀ ਆ ਉਹ ਵੀ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਤਾਂ ਕਿ ਲੁੱਟਾਂ ਖੋਹਾਂ ਦੀ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਇਹਦੇ ਉੱਤੇ ਲੰਗਾਬ ਜਿਹੜੀ ਆ ਉਹ ਲਗਾਈ ਜਾ ਸਕੇ ਵੀ ਪੁਲਿਸ ਵੱਲੋਂ ਹੁਣ ਜਿਹੜੇ ਸਖਤੀ ਜਿਹੜੀ ਆ ਉਹ ਜ਼ਰੂਰ ਕੀਤੀ ਜਾ ਰਹੀ ਆ ਕਿਉਂਕਿ ਜਿਹੜੇ 2 ਦਿਨ ਪਹਿਲਾਂ ਮੋਬਾਈਲ ਸ਼ੋਪ ਤੇ ਜਿਹੜੀ ਚੋਰੀ ਹੋਈ ਸੀ ਉਹਦੀ CCTV ਵੀ ਸਾਹਮਣੇ ਆਈਆਂ ਸੀ ਵੀ ਕਿਸ ਤਰ੍ਹਾਂ ਵੀ ਮੋਟਰਸਾਈਕਲ ਸਵਾਰ ਜਿਹੜੇ ਆ ਉਹ ਸ਼ਟਰ ਨੂੰ ਤੋੜਦੇ ਦਿਖਾਈ ਦਿੱਤੇ ਤੇ ਉਸ ਤੋਂ ਬਾਅਦ ਜਿਹੜਿਆ ਉਹਦੇ ਵਿੱਚੋਂ ਮੋਬਾਈਲ ਤੇ ਹੋਰ ਵੀ ਜਿਹੜਾ ਸਮਾਨ ਆ ਉਥੋਂ ਚੋਰੀ ਕਰਕੇ ਤੇ ਲਿਜਾਂਦੇ ਦਿਖਾਈ ਦਿੱਤੇ। ਅੱਜ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਆ ਜਦੋਂ ਇਹਨਾਂ ਚੋਰ ਗਰੋਹ ਨੂੰ ਜਿਹੜਾ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਆ। 2 ਲੋਕਾਂ ਨੂੰ ਤਾਂ ਜਿਹੜਾ ਫੜਿਆ ਗਿਆ ਤੇ ਹੁਣ ਜਿਹੜੀ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਜੋ ਹੋਰ ਜਿਹੜੇ ਖੁਲਾਸੇ ਉਹ ਸਾਹਮਣੇ ਆ ਸਕਣ ਵੀ ਆ ਹੋਰ ਵੀ ਇਹਨਾਂ ਦੇ ਨਾਲ ਕਿਹੜੇ ਗਰੋਹ ਦੇ ਹੋਰ ਮੈਂਬਰ ਨੇ ਵੀ ਜਿਹੜਾ ਇਹਨਾਂ ਦਾ ਸਾਥ ਦਿੰਦੇ ਨੇ ਚੋਰੀ ਦੀ ਵਾਰਦਾਤਾਂ ਕਰਨ ਵਿੱਚ ਉਹਨਾਂ ਤੱਕ ਵੀ ਜਿਹੜੀ ਆ ਪੁਲਿਸ ਜਿਹੜੀ ਹੁਣ ਪਹੁੰਚ ਕਰਨ ਦੀ ਕੋਸ਼ਿਸ਼ ਕਰੇਗੀ ਕਿਉਂਕਿ ਜਦੋਂ ਇਹਨਾਂ ਕੋਲ ਖੁਲਾਸੇ ਹੋਣਗੇ ਸਮਾਨ ਦੀ ਬਰਾਮਦਗੀ ਵੀ ਹੋਏਗੀ ਤੇ ਹੋਰ ਵੀ ਜਿਹੜੇ ਇਹਨਾਂ ਦੇ ਮੈਂਬਰ ਨੇ ਉਹਨਾਂ ਦੀ ਵੀ ਫੜਨ ਦੇ ਵਿੱਚ ਜਿਹੜੀ ਆ ਪੁਲਿਸ ਨੂੰ ਵੱਡੀ ਕਾਮਯਾਬੀ ਜਿਹੜੀ ਆ ਉਹ ਹਾਸਲ ਹੋਣ ਦੀ ਜਿਹੜੀ ਉਮੀਦ ਆ ਉਹ ਜਤਾਈ ਜਾ ਰਹੀ ਆ। ਲਗਾਤਾਰ ਪੁਲਿਸ ਇਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਹੁਣ ਜਿਹੜਾ ਵੀ ਇਹ ਚੋਰੀ ਦੀ ਵਾਰਦਾਤਾਂ ਲਗਾਤਾਰ ਜਿਹੜੀਆਂ ਹੁੰਦੀਆਂ ਜੀ ਜੋ CCTV ਵਿੱਚ ਵੀ ਜਿਹੜੇ ਸਾਫ਼ ਤੌਰ ਤੇ ਦਿਖਾਈ ਦਿੱਤੀਆਂ ਸੀਗੀਆਂ ਹੁਣ ਜਿਹੜੇ ਪੁਲਿਸ ਨੇ ਉਸ ਤੋਂ ਤੱਕ ਪਹੁੰਚ ਕੇ ਇਹ ਜਿਹੜੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਆਪਣੇ ਆਪ ਦੇ ਵਿੱਚ ਵੀ ਕਹਿ ਸਕਦੇ ਆ ਵੀ ਪੁਲਿਸ ਆਪਣੀ ਵੀ ਜਿਹੜੀ ਆ ਪਿੱਠ ਜਿਹੜੀ ਆ ਉਹ ਸਭ ਤੋਂ ਬੰਦੀ ਦਿਖਾਈ ਦੇ ਰਹੀ ਆ ਲੇਕਿਨ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਪੂਰਨ ਤੌਰ ਤੇ ਕਿਰੋ ਨਕੇਲ ਜਿਹੜੀ ਕਸੀ ਜਾਏਗੀ ਇਹਦੇ ਤੇ ਜਿਹੜੀਆਂ ਆਮ ਲੋਕਾਂ ਦੀਆਂ ਫਿਰੋਜ਼ਪੁਰ ਵਾਸੀਆਂ ਦੀ ਜਿਹੜੀ ਨਿਗਾਹ ਉਹ ਲੱਗੀ ਹੋਈ ਆ ਕਿਉਂਕਿ ਉਹ ਚਾਹੁੰਦੇ ਨੇ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਸਖਤੀ ਦੇ ਨਾਲ ਜਿਹੜਾ ਉਹ ਕੰਮ ਕਰੇ ਤੇ ਇਹਨਾਂ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਇਹਦੇ ਤੇ ਪੂਰੀ ਤਰ੍ਹਾਂ ਨਕੇਲ ਕਸੀ। ਆ ਜਿਹੜੇ 2 ਚੋਰ ਫੜੇ ਆ ਪਹਿਲਾਂ ਤਾਂ ਮਾਨਯੋਗ SSP ਫਿਰੋਜ਼ਪੁਰ ਸੋਮਾ ਮਿਸਰਾ ਜੀ ਨੇ ਇੱਕ ਜਿਹੜੀ ਹੈਗੀ ਵਿਸ਼ੇਸ਼ ਟੀਮ ਦਾ ਜਿਹੜਾ ਹੈਗਾ ਗਠਨ ਕੀਤਾ ਸੀ DSPD ਸ੍ਰੀ ਫਤਿਹ ਸਿੰਘ ਬਰਾੜ ਜੀ ਅਤੇ DSP City ਸ੍ਰੀ ਸੁਖਵਿੰਦਰ ਜੀ ਅਤੇ ਉਹਨੂੰ ਸਪੈਸਿਫਿਕ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਕਿ ਜਿਹੜੇ ਸ਼ਹਿਰ ਵਿੱਚ ਪੁਰਾਣੇ ਸਮੇਂ 'ਚ ਵਾਰਦਾਤਾਂ ਹੋਈਆਂ ਸੀਗੀਆਂ ਇੱਕ ਤਾਂ ਜਿਹੜਾ ਕੈਮਿਸਟ ਦੇ ਸ਼ੌਪ 'ਤੇ ਗਨ ਦਿਖਾ ਕੇ ਪੈਸੇ ਤੋਂ ਚੋਰੀ ਹੋਈ ਸੀ ਸਨੈਚਿੰਗ ਹੋਈ ਸੀ ਅਤੇ ਇੱਕ ਜਿਹੜਾ ਮੋਬਾਈਲ ਸ਼ੌਪ ਦੀ ਦੁਕਾਨ ਸੀ ਉੱਥੇ ਸ਼ਟਰ ਤੋੜ ਕੇ ਪੈਸੋ ਅਤੇ ਮੋਬਾਈਲ ਦੀ ਚੋਰੀ ਹੋਈ ਸੀ। ਉਹਦੇ ਲਈ ਆਹ ਜਿਹੜੀ ਟੀਮ ਹੈ DSP ਫਤਿਹ ਸਿੰਘ ਬਰਾੜ DSP ਸੁਖਵਿੰਦਰ ਸਿੰਘ ਅਤੇ CI ਇੰਚਾਰਜ ਮੋਹਿਤ ਧਵਨ ਆਹ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦ ਮੁਖਬਿਰ ਖਾਸ ਦੇ ਸੂਚਨਾ 'ਤੇ ਇਹਨੇ ਕਿਲੇ ਵਾਲਾ ਚੌਕ 'ਤੇ 2 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਨੀਰਜ ਉਰਫ ਕਾਲੂ ਪੁੱਤਰ ਅਸ਼ੋਕ ਕੁਮਾਰ ਅਤੇ ਦੂਜਾ ਮੰਗਤ ਮੰਗਾ। ਇਹ ਜਿਹੜਾ ਮੰਗਤ ਹੈ ਇਸ 'ਤੇ ਪਹਿਲੇ ਵੀ 2 ਪਰਚੇ ਦਰਜ ਹੈਗੇ। ਆਹ ਦੋਵਾਂ ਦੋਸ਼ੀਆਂ ਤੋਂ 15 ਮੋਬਾਈਲ ਫੋਨ, ਇੱਕ ਜਿਹੜਾ ਦੇਸੀ ਕੱਟਾ ਅਤੇ 2 ਲਾਈਵ ਰਾਉਂਡ ਦੀ ਬਰਾਮਦਗੀ ਹੋਈ ਹੈ। ਅਤੇ ਇਹ 2 ਦੋਸ਼ੀਓ ਨੇ ਕੈਮਿਸਟ ਸ਼ੌਪ ਵਾਲੀ ਗਨ ਪੁਆਇੰਟ ਦੀ ਸਨੈਚਿੰਗ ਅਤੇ ਮੋਬਾਈਲ ਸ਼ੌਪ ਵਿੱਚ ਜਿਹੜਾ ਸੱਟਾ ਤੋੜ ਕੇ ਮੋਬਾਈਲ ਫੋਨ ਦੀ ਚੋਰੀ ਕੀਤੀ ਸੀ ਉਹ ਮੁਕੱਦਮਾ ਟਰੇਸ ਹੋ ਗਿਆ। ਸਰ ਇਹਨਾਂ 'ਤੇ ਪਹਿਲਾਂ ਕਿੰਨੇ ਮੁਕੱਦਮੇ ਦਰਜ ਹੈ ਔਰ ਇਹ ਜਿਹੜਾ ਮਾਮਲਾ ਤੁਸੀਂ ਕਿੰਨੇ ਘੰਟਿਆਂ 'ਚ ਟਰੇਸ ਕੀਤਾ? ਇਹ ਦੋਵਾਂ 'ਤੇ ਪਹਿਲਾਂ ਮੰਗਤ ਅਤੇ ਪਹਿਲੇ 2 ਮੁਕੱਦਮੇ ਪਹਿਲੇ ਟਰੇਸ ਹੈਗੇ ਅਤੇ ਇਹ ਜਿਹੜਾ ਹੈਗਾ 36 ਘੰਟੇ ਅੰਦਰ ਅਸੀਂ ਜਿਹੜਾ ਹੈਗਾ ਮਸਲਾ ਟਰੇਸ ਕਰਾਂਗੇ। ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ, ਦੈਨਿਕ ਸਵੇਰਾ, ਫਿਰੋਜ਼ਪੁਰ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV YouTube, Facebook, Instagram, X और व्हाट्सएप चैनल पर।